अब नाम किया हुसन। हाय कर दो, हाय नाम किया तो डा नाम क्या अलरीना की नाम मजीना बड़ा सोना वे इठ कर। हां जी पाजी उठ पियो। हां जी पाजी उरी ब्रेकफास्ट कर दे पे गोभी। अब पानी पता नहीं रात ही पिया इथे और रात दा फिर पीता नहीं है। ਅਤੇ ਭਾਅ ਜੀ ਉਹਦੀ ਬ੍ਰੇਕਫਾਸਟ ਕਰਦੇ ਅਤੇ ਫਿਰ ਬ੍ਰੇਕਫਾਸਟ ਕਰਕੇ ਆਪਾਂ ਲਾਗੇ ਗੁਜਰਾਨਾ ਡੇਰਾ ਤੁਹਾਨੂੰ ਸਾਰਾ ਦਿਖਾਵਾਂਗੇ ਉਹ ਕਿੱਦਾਂ ਰਹਿੰਦੇ ਕੀ ਰਹਿਣ ਸਹਿਣ ਹੈ ਅਤੇ ਉੱਥੇ ਚੱਲੇ ਹਾਂ ਆਪਾਂ ਅਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ। ਰੋਟੀ ਭਾਅ ਜੀ ਖਾਓ ਖਾਓ। ਕਿੱਥੇ ਚੱਲੇ ਜੀ? ਅੱਜ ਅਸੀਂ ਵਿਖਾਵਾਂਗੇ ਕਿ ਜਿਹੜੇ ਗੁਜਰਾਂ ਦਾ ਕਲਚਰ ਕਿਵੇਂ ਦਾ ਹੁੰਦਾ, ਉਹ ਕਿੱਦਾਂ ਉੱਥੇ ਰਹਿੰਦੇ ਆ, ਉਹਨਾਂ ਦਾ ਘਰ ਬਾਰ ਕਿ ਕਿਵੇਂ ਅੰਦਰ ਸਮਾਨ ਵਗੈਰਾ ਲਾਈਟਾਂ ਕਿੱਦਾਂ ਸਾਰੀ ਅਰੇਂਜਮੈਂਟ ਕਰਦੇ ਆ, ਅੱਜ ਅਸੀਂ ਉਹ ਵੇਖਣ ਜਾਵਾਂਗੇ ਅਤੇ ਤੁਹਾਨੂੰ ਵੀ ਵਿਖਾਵਾਂਗੇ। ਅਸੀਂ ਆ ਗਏ ਹਾਂ ਹੁਣ ਮਤਲਬ ਗੁਜਰਾਂ ਦੇ ਡੇਰੇ ਦੇ ਲਾਗੇ ਆ। ਗਰਾਊਂਡ ਦੇ ਵਿੱਚ ਆਪਾਂ ਲਾ ਦਿੱਤੀ ਹੈ ਗੱਡੀ ਅਤੇ ਉਹ ਸਾਹਮਣੇ ਆ ਉਹਨਾਂ ਦਾ ਡੇਰਾ ਅਤੇ ਹੁਣ ਅਸੀਂ ਜਾਵਾਂਗੇ ਵੇਖੋ ਕੀ ਬਣਦਾ। ਘੁੱਟ ਖਾ ਕੇ ਹਾਂਜੀ ਆਪਾਂ ਹੁਣ ਆ ਗਏ ਗੁਜਰਾਂ ਤੇ ਆ ਵੇਖੋ ਕਿੰਨੀ ਸੈੱਟ ਕਰਕੇ ਪਰਾਲੀ ਲਾਈ ਹੋਈ ਆ, ਬੜੀ ਕਿੰਨੀ ਸੋਹਣੀ ਲੱਗਦੀ ਆ। ਇਹਨਾਂ ਦੇ ਕਿੰਨੀਆਂ ਸਾੜੀਆਂ ਗਾਈਆਂ ਮੱਝਾਂ ਆ, ਮਤਲਬ ਇੰਨੀਆਂ ਜ਼ਿਆਦਾ ਮੱਝਾਂ ਆ ਕਿ ਮਤਲਬ ਕਿੰਨਾ ਦੁੱਧ ਵੇਚਦੇ ਹੋਣਗੇ ਕਿ ਇਹਨਾਂ ਕੋਲ ਤਾਂ ਲੱਖਾਂ ਕਰੋੜਾਂ ਰੁਪਏ ਦੀ ਮੱਝ ਆ ਕਹਿੰਦੇ। ਹਾਂ ਤੇ ਮਤਲਬ ਲੱਖਾਂ ਕਰੋੜਾਂ ਹਿਸਾਬ ਨਾਲ ਇਹਨਾਂ ਕੋਲ ਪੈਸੇ ਹੁੰਦੇ ਆ, 100-100 ਮੱਝਾਂ ਹੁੰਦੀਆਂ ਆਪ ਸਾਰੇ ਇਹ ਚਾਹੇ ਤੇ ਮਤਲਬ ਪੂਰੇ ਰਿਚ ਆ ਇਹ ਹਨਾ, ਇਹ ਚਾਹਣ ਤੇ ਆਪਣੀਆਂ ਕੋਠੀਆਂ ਗੱਡੀਆਂ ਨਾਲ ਲੈ ਸਕਣ, ਪਰ ਇਹ ਸ਼ੁਰੂ ਤੋਂ ਹੀ ਰੱਬ ਵੱਲੋਂ ਦੇਣ ਇਹਨਾਂ ਨੂੰ ਕਿ ਇਹਨਾਂ ਨੇ ਇੱਥੇ ਰਹਿਣਾ, ਖੁਦ ਵੀ ਮਤਲਬ ਉਸ ਕਲਚਰ 'ਚ ਰਹਿੰਦੇ ਆ ਹਨਾ। ਉਹ ਵੇਖੋ ਕਿੱਦਾਂ ਬੱਚੇ ਸਾਰੇ ਵੇਖਣ ਡੇ ਆ ਕਿ ਕੀ ਕਰਨਾ ਹੈ। ਹਾਂ ਸਾਰੇ ਬੱਚੇ ਦੇਖਣ ਡੇ ਆ ਕਿ ਕੀ ਕਰਨਾ ਹੈ ਇਹ, ਸਾਨੂੰ ਤੁਹਾਨੂੰ ਮਿਲ ਆਇਆ ਕਿੰਨੀਆਂ ਮੱਝਾਂ। ਇੰਨਾ ਨਲਕਾ ਲਾਇਆ ਇੱਥੇ ਕੱਪੜੇ ਕੁੱਪੜੇ ਧੋਂਦੇ ਆ, ਚਾਹਣ ਤੇ ਬਹੁਤ ਕੁਛ ਬਣਾ ਸਕਦੇ ਆ, ਪਰ ਫਿਰ ਵੀ ਵੇਖੋ ਕਿੰਨਾ ਸੋਹਣਾ ਇਹਨਾਂ ਨੇ ਉਹਨੂੰ ਕਵਰ ਕੀਤਾ, ਮੱਝਾਂ ਲਾਈਆਂ ਹੋਈਆਂ। ਸਾਡੇ ਘਰਾਂ ਚ ਸਫਾਈ ਨੀ ਹੋਣੀ ਇੰਨੀ ਸਫਾਈ ਆਪਣੀ ਹੈਲੋ ਕਰ ਦੋ, ਹੈਲੋ ਕਰ ਦੋ, ਇੱਦਾਂ ਹਾਏ ਕਰ ਦੋ, ਹਾਏ ਨਾਮ ਕੀ ਹੈ ਤੁਹਾਡਾ? ਨਾਮ ਕਿਆ? ਅਲਰੀਨਾ। ਕੀ ਨਾਮ? ਮਜੀਨਾ। ਠੀਕ ਹੈ ਓਕੇ। ਅਰੇ ਹੋਣੇ ਆਣਾ ਹੈ ਆਹਾਂ ਆਹਾਂ ਤੇਰਾ ਆ ਗਿਆ ਬਸ ਉਧਰ ਜਾਣੇ ਆ ਉਧਰ ਜਾਣੇ ਆ ਤੇਰਾ ਆਉਂ ਮਤ ਹਾਂਜੀ ਨਹੀਂ ਕੋਈ ਗੱਲ ਨਹੀਂ ਪਾਪੀ ਕੇ ਰੋਟੀ ਖਾ ਕੇ ਨਾ ਕਨਾੜਾ ਨਾ ਨਾ ਬਸ ਕਿੰਨੀ ਮਿਹਨਤ ਕਰਦੀਆਂ ਇੱਥੋਂ ਦੀਆਂ ਕੁੜੀਆਂ ਵੀ ਜਨਾਨੀਆਂ। ਆ ਛੋਟਾ ਜਿਹਾ ਬੱਚਾ ਆ ਵੇਖੋ, ਬੱਚਾ ਛੋਟਾ ਜਿਹਾ ਬੱਚਾ ਆ ਵੇਖੋ ਇੱਥੇ ਬੰਦੇ ਨੇ ਗਾਈਆਂ, ਕਿੰਨਾ ਵਧੀਆ ਦੇਖੋ ਸਿਸਟਮ ਕੀਤਾ ਜਿੱਥੇ ਆਪਣੀਆਂ ਗਾਈਆਂ ਗੁਈਆਂ ਬੰਨਦੇ ਨੇ। ਵੇਖੋ ਕਿੰਨਾ ਸੋਹਣਾ ਇਹਨਾਂ ਨੇ ਬਣਾਇਆ ਹੋਇਆ ਇੱਥੇ ਕਿ ਗਾਈਆਂ ਗੁਈਆਂ ਬੰਨਣ ਨੂੰ, ਕਿੰਨਾ ਵਧੀਆ ਰੈਡੀ ਕੀਤਾ ਹੋਇਆ ਵਾ। ਕਿਹੜੀਆਂ ਮੱਝਾਂ? ਪੂਰੀਆਂ ਮੱਝਾਂ।
ਬ੍ਰਾਊਨ ਛੇੜਦੀਆਂ ਮੱਝਾਂ ਕਰਮਾਂ ਵਾਲੀਆਂ ਹੁੰਦੀਆਂ ਕਹਿੰਦੇ ਹੈ ਸੱਚੀ ਰੱਖਣੀਆਂ ਚਾਹੀਦੀਆਂ ਲੈ ਜੀ ਫਿਰ ਇੱਕ ਲੈ ਜਾਂਦੇ ਆ ਰੇਟ ਪੁੱਛੋ ਬਠਿੰਡੇ ਲੈ ਜਾਓ ਅਸੀਂ ਬੰਨਾਂਗੇ ਕਿਤੇ ਆ ਵੇਖੋ ਕਿੰਨੇ ਕਿੰਨੇ ਸੋਹਣੀਆਂ चलो हुन ओन ओ उन्होंने देख लिया उन्होंने उन्होंने तो बच्चा बड़ा छोटा है बड़ा क्यूट है अच्छा होता है हाँ आ जाओ कितना सोना कर आज असि हम देख ले दूजी साइड उन दा घर दिखाओ हन इधर इधर आओ और नाम की है हुसन अच्छा इधर देखो किदा किन्ना सोना है ने आ बनया होया वा अपना नाम बड़े बड़े सोने होंदे है ना दे इन्ना ने भी ओदा दा ही बड़ा सोना डेकोरेट करके सजाया है रोटी रुटी रखने आवे को किधर डिजाइन दे ना यार तुसी है ना किन्ने सोने डिजाइन दा पांडे रख रहे हैं मेरे आये मुझे सब तो पता क्या है ना देखो किधर है ना ने सेल्फ बना के अपने पांडे रखे हुए ने मैं कहनी है ने सफाई चाहे अपने घर आज पांडे नहीं रखे अब बड़ा सोना है ऐसे कर दिया वाओ हाय मेनू भी चॉकलेट ना किन्ना क्यूट है हाय ओदे इदा ना लाओ ठंड लग जानी है ना हाय किन्ना क्यूट है लगे ओए सारे ने ओदे खाता तू मैं आ तक नहीं हूं ये बच्चे होंदे है रोंदे है लग पंदे है कदे वास्ते है कुत्ता कुत्ता ना दे खुला ना कुत्ता कदे हाँ डबल चूल्हा बनाया है ना ने ਪੁੱਟੀ ਕਰੀ ਜਾਂਦਾ ਕੌਣ ਕਿੰਨੀ ਸੋਹਣੀ ਨਹੀਂ ਆਈ ਇਹੋ ਕਿੰਨਾ ਸੋਹਣਾ ਲੱਭਣਾ ਉਹ ਕਾਕਾ ਕਿੱਡੇ ਵਜੇ ਸਭ ਆਵੇ ਆਹੋ ਆ ਦੇਖੋ ਕਿੱਦਾਂ ਦੇਖਣ ਨਹੀਂ ਕਹਿੰਦੇ ਕੌਣ ਆ ਗਿਆ हेलो कर दो सारिया वेखन डिया कौन आ गए साढ़े घर माय गॉड इदियां अखां वेखो किन्नियां डरावनियां चलो हुण चलिए बहुत ही वधिया सी जिन्ना भी घर डेकोरेट किया खेरा डायलॉग के
ਕਿਹੜੀ ਭੈਣ ਹੁਣ ਏਦਾਂ ਬੋਲ ਰਹੇ ਨੇ ਕਿਹੜੀ ਭੈਣ ਚਲੋ ਆਪਾਂ ਡਾਇਲੋਗ ਬੋਲਦੇ ਆ ਗਰਾਊਂਡ ਚ ਬਿਲਕੁਲ ਸੈਂਟਰ ਚ ਖੜ ਕੇ ਤੇ ਫਿਰ ਚੱਲਦੇ ਆ ਬੋਲ ਕੀ ਬੋਲਾਂ ਕੁਛ ਵੀ ਭੈਣਾ ਭੈਣਾ ਦੇ ਬੋਲਣਾ ਹੈ ਭੈਣਾ ਭੈਣਾ ਹੁੰਦੀਆਂ ਨੇ ਭੈਣਾ ਭੈਣਾ ਹੁੰਦੀਆਂ ਨੇ बैठा रहा गड्डी चा इक्की सौ देना जो तेन छुट्टियां हो गोपी भाजी ते दीदी होनी चले ने हुण चले दीदी होनी चले ते हाडा नहीं लगना हुण गड्डी वड़ गया बधाई ले दे आंटी नूं व्याह होया गोपी का जो आप मीत दीदी घरों घर वापिस इधर आने लगे उदो भी रस्ते च है मिली ही ना कौन ऐसी भांड आई नी बधाई लैनी जो वापस आई बाय 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 ब